ठाकुर तुम बहे अरदास जियो पिंड सब तुम मात पिता हम बारक तेरे तुमरे कृपा में सुख कनेर कोई न जान तुमरा अंत ऊचे ते ऊचा भगवंत सगल समग्री तुमरे सुतर तारी तुम पे हो सो आज्ञाकारी तुमरे गात मैं तुम्हें जानी नानक दास सदा कुर्बानी तुमरे गात मैं तुम्हें जानी नानक दास सदा कुर्बानी बोलो जी वाहे गुरु। एक ओंकार वाहिगुरु जी की फतह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए फिर अंगद गुर ते अमरदास रामदास हुई सहाय अर्जन हर गोबिंदना सिमरा श्री हर राय श्री हर कृष्ण ते आई जिस डिठे सब दुख जाए तेग बहादुर सिमरिया कर नौ निध आवताए सब थाई हुए सहाय दसवें पातशाह साहिब श्री गुरु गोबिंद सिंह साहिब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान धरके बोलो जी पंजां प्यारियां चौहां साहिब जादियां चालियां मुकतियां हठियां जपियां तपियां जिना नाम जपिया वंड के छकिया देग चलाई तेग वाही देख के अणडिठ कीता तिना प्यारियां सच्यारियां दी कमाई दा ध्यान धरके खालसा जी बोलो जी जिन्हां सिंघां सिंघणियां ने धर्म हेत सीस दिते बंद बंद कटवाए खोपरियां लोहाइयां चरखड़ियां ते चढ़े तन आरियां नाल चिरवाए गए गुरद्वारियां दी सेवा लई कुर्बानियां कीतियां धर्म नहीं हारिया सिखी केसां सवासां संग निभाही तिना दी कमाई दा ध्यान धरके खालसा जी बोलो जी पंजां तख्तां सरबत गुरद्वारियां दा ध्यान धरके बोलो जी प्रथम सरबत खालसा जी की अरदास है जी सरबत खालसा जी को वाहे गुरु वाहे गुरु वाहे गुरु चित आवै चित आवन का सदका सर्ब सुख होवै जहां जहां खालसा जी साहेब तहां तहां रचिया रियायत देग तेग फतह बिरद के पैज पंथ के जीत श्री साहिब जी सहाय खालसे जी के बोल बाले बोलो जी सिखा नू सिखी दान केस दान रहत दान बबेक दान विसाह दान प्रोसा दान
ਦਾਨਾ ਸਿਰਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ, ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਹਜੂਰ ਸ਼ਬਦ ਚੌਂਕੀ ਸ੍ਰੀ ਸੁਖਮਣੀ ਸਾਹਿਬ ਜੀ ਕੇ ਪਾਠ, ਚੌਪਾਈ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਕੇ ਭੋਗ ਜੀ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾ ਸਫਲ ਕਰਨੀ, ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ ਜੇ, ਸਭਨਾ ਦੀਆਂ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੀ, ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਬੇਅੰਤ ਸੰਗਤਾਂ ਨੂੰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਖੁੱਲੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ, ਸਮੂਹ ਸੰਗਤਾਂ ਤੇ ਟਹਿਲੀਆਂ ਦੀ ਸ਼ੁਕਰਾਨੇ ਦੀ ਅਰਦਾਸ। ਆਪ ਜੀ ਕੇ ਹਜੂਰ ਕੜਾਹ ਪ੍ਰਸ਼ਾਦੀਆਂ ਦੇ ਗਾਂ ਹਾਜ਼ਰ ਹਨ, ਦਰ ਪ੍ਰਵਾਨ ਹੋਵਨ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਣਾ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।